ਕਿਹਾ ਜਾ ਕੇ ਵੱਡੀ ਵਾਰਦਾਤ ਹੋਈ ਹੈ, ਕਿਉਂਕਿ ਇਹ ਗੱਡੀ ਜਿਹੜੀ ਹੈ ਵਰਨਾ ਗੱਡੀ ਜਿਹਨੂੰ ਪੁਲਿਸ ਨੇ ਕਵਰ ਕੀਤਾ ਹੋਇਆ, ਇਸੇ ਗੱਡੀ ਦੇ ਵਿੱਚ ਦਿਲਦੀਪ ਔਰ ਉਸਦੇ ਭੈਣ ਭਰਾ ਜਿਹੜੇ 5 ਲੋਕ ਸੀ ਇਸ ਗੱਡੀ ਦੇ ਵਿੱਚ ਸਵਾਰ ਸੀ ਜਦੋਂ ਆਪਣੇ ਘਰ ਤੋਂ ਕੰਮ ਜਾਣ ਲੱਗੇ ਸੀਗੇ, ਔਰ ਇਸੇ ਜਗ੍ਹਾ 'ਤੇ ਜਿਹੜੇ ਹੈ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਆਉਂਦੇ ਨੇ ਔਰ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 3 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਦੇ ਵਿੱਚ ਇੱਕ ਜਸਪ੍ਰੀਤ ਲੜਕੀ ਹੈ ਜਿਹਦਾ ਅਗਲੇ ਮਹੀਨੇ ਵਿਆਹ ਵੀ ਦੱਸਿਆ ਜਾ ਰਿਹਾ ਸੀਗਾ, ਉਸਦੀ ਮੌਤ ਹੋ ਗਈ ਹੈ ਔਰ 2 ਹੋਰ ਲੜਕੀਆਂ ਦੀ ਮੌਤ ਹੋ ਗਈ ਹੈ। ਇਸ ਸਾਰੇ ਮਾਮਲੇ ਦੇ ਵਿੱਚ 2 ਜਿਹੜੇ ਆ ਗੰਭੀਰ ਰੂਪ 'ਚ ਜ਼ਖਮੀ ਹੈ, ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਪਹੁੰਚੇ ਹੋਏ ਆ। ਇਹ ਉਹੀ ਵਰਨਾ ਗੱਡੀ ਹੈ, ਸਫੇਦ ਰੰਗ ਦੀ ਵਰਨਾ ਗੱਡੀ ਹੈ ਜਿਹਨੂੰ ਤਰਪਾਲ ਦੇ ਨਾਲ ਕਵਰ ਕੀਤਾ ਹੋਇਆ, ਔਰ ਇਸੇ ਗੱਡੀ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ, ਜਿਸ ਦੇ ਵਿੱਚ ਜਿਸ ਵੱਡੀ ਵਾਰਦਾਤ ਦੇ ਵਿੱਚ 3 ਲੋਕਾਂ ਦੀ ਜਿਹੜੀ ਹੈ ਮੌਤ ਦੱਸੀ ਜਾ ਰਹੀ ਹੈ ਔਰ 2 ਜ਼ਖਮੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ, ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਉਸੇ ਅਕਾਲਗੜ੍ਹ ਗੁਰਦੁਆਰਾ ਦੇ ਸਾਹਮਣੇ ਦੀਆਂ, ਜਿੱਥੇ ਕਿ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਔਰ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ DIG ਅਜੇ ਰਾਜ ਮਲੂਜਾ ਔਰ ਉਹਨਾਂ ਦੇ ਨਾਲ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਇੱਥੇ ਪਹੁੰਚੇ ਹੋਏ ਆ ਔਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ, ਲੇਕਿਨ ਇਸ ਸਾਰੇ ਕ੍ਰਾਈਮ ਸੀਨ 'ਤੇ ਬੈਰੀਗੇਟਿੰਗ ਕੀਤੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰਫ ਜਿਹੜਾ ਦੱਸਿਆ ਜਾ ਰਿਹਾ ਕਿ ਦਿਲਦੀਪ ਦਾ ਘਰ ਸੀ ਔਰ ਉੱਥੋਂ ਹੀ ਜਿਹੜਾ ਗੱਡੀ ਦੇ ਜ਼ਰੀਏ ਕਿਤੇ ਕੰਮ ਜਾ ਰਿਹਾ ਸੀਗਾ। ਪੁਲਿਸ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਇੱਥੇ ਮੌਜੂਦ ਆ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪੁਲਿਸ ਜਾਂਚ ਕਰ ਰਹੀ ਹੈ, ਵੱਖ ਵੱਖ ਐਂਗਲਾਂ ਤੋਂ CCTV ਕੈਮਰੇ ਜਿਹੜੇ ਆ ਉਹ ਵੀ ਖੰਗਾਲੇ ਜਾ ਰਹੇ ਆ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਉਹ ਹਮਲਾਵਰ ਸੀ ਕੌਣ ਸੀ, ਕਿਉਂਕਿ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਔਰ ਇਸੇ ਗਲੀ ਦੇ ਵਿੱਚੋਂ ਗੱਡੀ ਆਈ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਲਗਾਤਾਰ ਪੁਲਿਸ ਦੇ ਵੱਡਾ ਅਧਿਕਾਰੀ ਇੱਥੇ ਮੌਕੇ 'ਤੇ ਮੌਜੂਦ ਨੇ। ਕਿਹਾ ਜਾ ਕੇ ਵੱਡੀ ਵਾਰਦਾਤ ਹੋਈ ਹੈ, ਕਿਉਂਕਿ ਇਹ ਗੱਡੀ ਜਿਹੜੀ ਹੈ ਵਰਨਾ ਗੱਡੀ ਜਿਹਨੂੰ ਪੁਲਿਸ ਨੇ ਕਵਰ ਕੀਤਾ ਹੋਇਆ, ਇਸੇ ਗੱਡੀ ਦੇ ਵਿੱਚ ਦਿਲਦੀਪ ਔਰ ਉਸਦੇ ਭੈਣ ਭਰਾ ਜਿਹੜੇ 5 ਲੋਕ ਸੀ ਇਸ ਗੱਡੀ ਦੇ ਵਿੱਚ ਸਵਾਰ ਸੀ ਜਦੋਂ ਆਪਣੇ ਘਰ ਤੋਂ ਕੰਮ ਜਾਣ ਲੱਗੇ ਸੀਗੇ, ਔਰ ਇਸੇ ਜਗ੍ਹਾ 'ਤੇ ਜਿਹੜੇ ਹੈ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਆਉਂਦੇ ਨੇ ਔਰ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 3 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਦੇ ਵਿੱਚ ਇੱਕ ਜਸਪ੍ਰੀਤ ਲੜਕੀ ਹੈ ਜਿਹਦਾ ਅਗਲੇ ਮਹੀਨੇ ਵਿਆਹ ਵੀ ਦੱਸਿਆ ਜਾ ਰਿਹਾ ਸੀਗਾ, ਉਸਦੀ ਮੌਤ ਹੋ ਗਈ ਹੈ ਔਰ 2 ਹੋਰ ਲੜਕੀਆਂ ਦੀ ਮੌਤ ਹੋ ਗਈ ਹੈ। ਇਸ ਸਾਰੇ ਮਾਮਲੇ ਦੇ ਵਿੱਚ 2 ਜਿਹੜੇ ਆ ਗੰਭੀਰ ਰੂਪ 'ਚ ਜ਼ਖਮੀ ਹੈ, ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਪਹੁੰਚੇ ਹੋਏ ਆ। ਇਹ ਉਹੀ ਵਰਨਾ ਗੱਡੀ ਹੈ, ਸਫੇਦ ਰੰਗ ਦੀ ਵਰਨਾ ਗੱਡੀ ਹੈ ਜਿਹਨੂੰ ਤਰਪਾਲ ਦੇ ਨਾਲ ਕਵਰ ਕੀਤਾ ਹੋਇਆ ਔਰ ਇਸੇ ਗੱਡੀ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ, ਜਿਸ ਦੇ ਵਿੱਚ ਜਿਸ ਵੱਡੀ ਵਾਰਦਾਤ ਦੇ ਵਿੱਚ 3 ਲੋਕਾਂ ਦੀ ਜਿਹੜੀ ਹੈ ਮੌਤ ਦੱਸੀ ਜਾ ਰਹੀ ਹੈ ਔਰ 2 ਜ਼ਖਮੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ, ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਉਸੇ ਅਕਾਲਗੜ੍ਹ ਗੁਰਦੁਆਰਾ ਦੇ ਸਾਹਮਣੇ ਦੀਆਂ, ਜਿੱਥੇ ਕਿ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਔਰ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ DIG ਅਜੇ ਰਾਜ ਮਲੂਜਾ ਔਰ ਉਹਨਾਂ ਦੇ ਨਾਲ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਇੱਥੇ ਪਹੁੰਚੇ ਹੋਏ ਆ ਔਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ, ਲੇਕਿਨ ਇਸ ਸਾਰੇ ਕ੍ਰਾਈਮ ਸੀਨ 'ਤੇ ਬੈਰੀਗੇਟਿੰਗ ਕੀਤੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰਫ ਜਿਹੜਾ ਦੱਸਿਆ ਜਾ ਰਿਹਾ ਕਿ ਦਿਲਦੀਪ ਦਾ ਘਰ ਸੀ ਔਰ ਉੱਥੋਂ ਹੀ ਜਿਹੜਾ ਗੱਡੀ ਦੇ ਜ਼ਰੀਏ ਕਿਤੇ ਕੰਮ ਜਾ ਰਿਹਾ ਸੀਗਾ। ਪੁਲਿਸ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਇੱਥੇ ਮੌਜੂਦ ਹੈ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪੁਲਿਸ ਜਾਂਚ ਕਰ ਰਹੀ ਹੈ, ਵੱਖ ਵੱਖ ਐਂਗਲਾਂ ਤੋਂ CCTV ਕੈਮਰੇ ਜਿਹੜੇ ਆ ਉਹ ਵੀ ਖੰਗਾਲੇ ਜਾ ਰਹੇ ਆ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਉਹ ਹਮਲਾਵਰ ਸੀ ਕੌਣ ਸੀ, ਕਿਉਂਕਿ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਔਰ ਇਸੇ ਗਲੀ ਦੇ ਵਿੱਚੋਂ ਗੱਡੀ ਆਈ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਲਗਾਤਾਰ ਪੁਲਿਸ ਦੇ ਵੱਡਾ ਅਧਿਕਾਰੀ ਇੱਥੇ ਮੌਕੇ 'ਤੇ ਮੌਜੂਦ ਨੇ।